हेलो जस्से, तू छेती मेरे घरे आ जा, मैनू जरूरी काम आ। यार गल तेनू मैं मिलके दसूंगी, तू बस मेरे घरे आ जा छेती। गल की तू तो मैंने गुस्से नाल बह जाना, मैं किन्ने प्यार नाल तेनू बुलाया सी, ना तू मेरे लिए कोई चिट्ठी लिखदा हुण। ओ मैं बेला नहीं आएगा, रोज रोज चिट्ठियां लिखण नू, काम भी हुंदे ने बंदे नू। ओनू पता नहीं क्यों धक्के नाल मेरा रिश्ता कितने होर कराउणा चाहुंदा, पता नहीं की प्रॉब्लम आ ओनू मेरे तो। देखो अंकल जी, जे दीपी लई मैनू जान भी देनी पैगी मैं वह भी दे सकता। देख लो डैडी किवें बोलन लग रहा है, मारना दई इस वाले नू इत्थे। ਵੀਰੇ ਕਿੱਥੇ ਚੱਲੇ ਆ? ਕੰਮ ਤੇ ਜਾਣਾ, ਹੋਰ ਕਿੱਥੇ ਜਾਣਾ? ਦੇਖ ਲੈ, ਅੱਜ ਤਾਂ ਲਹਿਰੇ ਜਾ ਕੇ ਆਉਣਾ ਸੀ। ਲਹਿਰੇ ਕਿੱਥੇ? ਮੈਂ ਮੁਣੀ ਆਂਦਾ। ਦੇਖ ਚੱਲ ਵੜਾ, ਅੱਜ ਇੱਥੇ ਮੇਲਾ ਲੱਗਿਆਗਾ। ਕਾਹਦਾ ਮੇਲਾ ਲੱਗ ਗਿਆ? ਜਿਹੜਾ ਹਰ ਸਾਲ ਲੱਗਦਾਗਾ। ਫਿਰ ਆਪਾਂ ਨੇ ਕੀ ਕਰਨਾ ਮੇਲੇ ਤੇ ਜਾ ਕੇ? ਮੈਨੂੰ ਨਹੀਂ ਪਤਾ ਵੀਰੇ, ਮੈਂ ਤਾਂ ਮੇਲਾ ਦੇਖਣ ਜਾਣਾ। ਉਹ ਕੀ ਮੰਗਦੀ ਆ ਤੂੰ ਮੇਲਿਆਂ ਤੋਂ? ਕੱਲ ਕੁਝ ਨਹੀਂ ਵਗ ਜਾਂਗੇ ਆਪਾਂ। ਕੱਲ ਨੂੰ ਤਾਂ ਖਤਮ ਹੋ ਜਾਊਗਾ। ਚੱਲ ਫਿਰ ਅਗਲੇ ਸਾਲ ਵਗ ਜਾਂਗੇ, ਆਏ ਸਾਲ ਤਾਂ ਲੱਗਦਾ। ਤੂੰ ਹੀ ਕਹਿ ਦੇ ਮੈਂ ਤਾਂ ਦਿਖਾ ਕੇ ਲਿਆਉਣਾ ਮੇਲਾ, ਤੂੰ ਹੀ ਬਹਾਨੇ ਬਣਾਈ ਜਾਂਦਾ। ਉਹ ਛੋਟੇ ਨੂੰ ਲੈ ਜਾ, ਗੱਗੀ ਵਗ ਜਾਊਗਾ। ਉਹਨੂੰ ਕੀ ਲੱਗਿਆ ਲੱਤਾਂ ਲੜਵਾਉਣੀ ਆਉਂਦੀ ਮੈਂ? ਚੱਜ ਨਾਲ ਤਾਂ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਉਹਨੂੰ। ਉਹ ਚਲਾ ਲੂਗਾ, ਕੁਛ ਨਹੀਂ ਹੁੰਦਾ, ਵਗ ਜਾ ਉਹਦੇ ਨਾਲ ਵਗ ਜਾ। ਨਾ ਉਹਦੇ ਨਾਲ ਨਹੀਂ ਮੈਂ ਜਾਂਦੀ, ਮੈਂ ਇਹ ਕਰਦੀ ਆ ਦੀਪੀ ਭਾਬੀ ਲੈ ਜਾ ਨਾਲ। ਕੀ ਆ ਕੀ ਗੱਲ ਲੱਗ ਰਹੀ ਨੂੰ? ਹਾਂ ਅਸੀਂ ਦੋਨੇ ਜਾਵਾਂਗੇ ਮੇਲੇ ਤੇ। ਕਿਹੜੀ ਭਾਬੀ? ਦੀਪੀ ਭਾਬੀ, ਉਹਨੇ ਮੈਨੂੰ ਸਾਰਾ ਕੁਝ ਦੱਸਤਾ। ਤੈਨੂੰ ਸਾਰਾ ਕੁਝ ਦੱਸਤਾ ਉਹਨੇ? ਹਾਂ। ਬਗਜੀਏ ਚੱਲ, ਮੈਂ ਜਾਂਦਾ ਜਾਂਦਾ ਉਹਨੂੰ ਕਹਿ ਜੂੰਗਾ। ਹਾਂ ਅਸੀਂ ਕੋਈ ਨਾ ਟਾਈਮ ਨਾਲ ਆ ਜਾਾਂਗੇ ਦੋਨੇ ਜਾਣੀਆਂ। ਟਾਈਮ ਨਾਲ ਆ ਜੀਓ। ਚੰਗਾ। ਕਿੰਨੇ ਦਿਨਾਂ ਬਾਅਦ ਅੱਜ ਗਿਆ, ਅੱਜ ਹੀ ਟੋਕਦਾ ਮਗਰੋਂ ਮਿਲਦੇ ਤੇ ਚੱਲੀ। ਬਾਲਾ ਨਾ ਬੋਲ ਹੋਈ, ਜਦੋਂ ਮੈਂ ਕਹਿਤਾ ਬਗ ਜੀ ਉਹਦੇ ਨਾਲ ਕਿਉਂ ਜਾਊਂਗੀ ਮੈਂ ਤਾਂ ਦੀ ਭਾਬੀ ਨਾਲ। ਥੱਕ ਗਿਆ ਉਹ, ਕਿੰਨੀ ਗਰਮੀ ਹੈ। ਉਹ ਜੱਸੇ। ਹਾਂ ਬਈ। ਕੀ ਹਾਲ ਨੇ? ਮੈਂ ਤਾਂ ਠੀਕ ਆ, ਤੂੰ ਸੁਣਾ? ਹੋਰ ਵਧੀਆ ਵਧੀਆ ਵਧੀਆ। ਉਹ ਕੰਜਰ ਤੇ ਮੈਨੂੰ ਕੋਈ ਗੱਲ ਦੱਸੋ ਜੀ। ਹਾਂ ਕੱਲ ਦੇ ਪਰਸੋਂ ਤੂੰ ਪਾਗਲ ਜਾ ਕਿਉਂ ਬਣਿਆ ਫਿਰਦਾ ਸੀ? ਪਾਗਲ ਦਾ ਪੁੱਛਣਾ ਕੀ ਚੱਕਰ ਪੈ ਗਿਆ ਦੇਖੀ? ਚੱਲ ਬਹਿ ਜਾ, ਫਿਰ ਤੈਨੂੰ ਦੱਸ ਹੀ ਦਿੰਦਾ। ਤੁਹਾਡੇ ਪਿੰਡ ਦੀ ਉਹ ਕੁੜੀ ਨੀ ਕਰਨੈਲ ਕੀ ਕੁੜੀ, ਜਿਹਦਾ ਪਿਓ ਫੌਜੀ ਆ ਯਾਰ? ਅੱਛਾ ਕਰਨੈਲ ਫੌਜੀ। ਹਾਂ ਹਾਂ ਮੇਰੀ ਉਹਦੇ ਨਾਲ ਗੱਲਬਾਤ ਹੈ। ਤੇਰੀ? ਹਾਂ ਅੱਗੇ ਤਾਂ ਗੱਲ ਕਰੀ ਨਾ। ਚਲ ਮੈਨੂੰ ਤਾਂ ਕੀ ਲੈਣਾ? ਮੇਰੀ ਗੱਲ ਸੁਣ, ਜਿੱਦੇ ਮੈਂ ਤੁਹਾਡੇ ਚਿੱਠੀ ਨਹੀਂ ਪੜਾ ਕੇ ਗਿਆ ਸੀਗਾ, ਜਿੱਦੇ ਮੇਰੀ ਭੈਣ ਦੀ ਨੌਕਰੀ ਵਾਲੀ? ਨਾ ਨਾ ਉਦੋਂ ਪਹਿਲਾਂ ਜਦੋਂ ਮੈਂ ਗਲਤ ਫੜਾ ਗਿਆ ਸੀਗਾ। ਅੱਛਾ ਠੀਕ ਆ। ਹਾਂ ਹਾਂ ਉਹਦੇ ਦੀ ਗੱਲ ਹੈ, ਜਦੋਂ ਮੈਂ ਉਹਨਾਂ ਨੂੰ ਚਿੱਠੀ ਫੜਾਉਣ ਗਿਆ ਉਹਨਾਂ ਦੇ ਘਰੇ, ਜਦੋਂ ਮੈਂ ਫੜਾਉਣ ਗਿਆ ਜਦੋਂ ਮੈਂ ਚਿੱਠੀ ਫੜਾਤੀ, ਮੈਨੂੰ ਉਹਨਾਂ ਦੀ ਕੁੜੀ ਨਾਲ ਪਿਆਰ ਹੋ ਗਿਆ। ਇੱਕ ਮਿੰਟ ਜੇ ਪਿਆਰ ਹੋਵੇ ਤੈਨੂੰ? ਉਹ ਪੁੱਛਣਾ ਗੱਲ ਕਿੱਥੋਂ ਤੱਕ ਕਿੱਥੇ ਤੱਕ ਬਾਗੀ ਪੁੱਛਣਾ, ਸਾਡੀ ਗੱਲਬਾਤ ਹੋਊਗੀ। ਉਹਦੇ ਤਾਏ ਨੇ ਤੇ ਉਹਨਾਂ ਦੇ ਪਰਾਉਣੇ ਨੇ ਉਹਦਾ ਰਿਸ਼ਤਾ ਰੱਖਦਾ ਉਦੋਂ ਬਾਅਦ ਚ ਕਿਤੇ। ਅੱਛਾ ਫਿਰ ਰਿਸ਼ਤਾ ਹੋ ਗਿਆ ਉਹਦਾ? ਕਾਹਨੂੰ ਹੋ ਗਿਆ? ਹਾਂ ਰਿਸ਼ਤੇ ਕਰਕੇ ਤਾਂ ਮੈਂ ਪਾਗਲ ਹੋ ਗਿਆ। ਹੁਣ ਉਹ ਮੈਨੂੰ ਕਹਿੰਦੀ ਮੇਰਾ ਰਿਸ਼ਤਾ ਰੱਖਦਾ, ਮੈਨੂੰ ਭੁੱਲ ਜਾ ਫਲਾਣਾ ਧਮਕਾ, ਤਾਂ ਕਰਕੇ ਮੇਰਾ ਬੁਰਾ ਹਾਲ ਹੋ ਗਿਆ। ਫਿਰ ਹੁਣ ਦੁਬਾਰਾ ਹੋ ਗਈ ਤੇਰੀ ਗੱਲ ਉਹਦੇ ਨਾਲ? ਉਹ ਤਾਂ ਰੱਬ ਦਾ ਸ਼ੁਕਰ ਮਨਾ, ਰੱਬ ਨੇ ਮੇਰੀ ਸੁਣ ਲਈ, ਉਹਦਾ ਰਿਸ਼ਤਾ ਟੁੱਟ ਗਿਆ। ਅੱਛਾ ਟੁੱਟ ਗਿਆ, ਠੀਕ ਆ। ਤਾਂ ਹੀ ਮੈਂ ਤੇਰੇ ਸਾਹਮਣੇ ਇੱਥੇ ਬੈਠਾ। ਅੱਛਾ ਅੱਛਾ ਨਹੀਂ ਹੁੰਦੂ ਤਾਂ ਮੈਂ ਕਿਤੇ ਤੋਂ ਕਿਤੇ ਹੁੰਦਾ, ਤੇਰੇ ਗੰਗਾ ਫੁੱਲ ਪਏ ਹੁੰਦੇ ਫਿਰ। ਉਹੀ ਤਾਂ ਗੱਲ ਹੈ। ਚਲ ਹੁਣ ਤੂੰ ਇੰਨਾ ਐਵੇਂ ਕਿਵੇਂ ਫ੍ਰੀ ਆ? ਮੇਰੇ ਤੂੰ ਬੱਲ ਤੋਰ ਆਪਦੇ ਰਿਸ਼ਤੇ ਦੀ। ਤੂੰ ਪਾਗਲ ਹੋ ਰਿਹਾ? ਕਿਉਂ? ਉਹਦਾ ਪਿਓ ਸੂਬੇਦਾਰ ਹੈ, ਕਰਨੈਲ ਸਿੰਘ ਫੌਜੀ, ਜਾਣੇ ਕਿ ਮੇਰਾ ਸਹੁਰਾ। ਹਾਂ ਕੁੰਜੇ ਦਾ ਰਿਸ਼ਤਾ ਹੋਇਆ ਨਹੀਂ, ਸਹੁਰਾ ਪੱਲੀ ਬਣਾ ਲਿਆ ਤਾਂ। ਉਹੀ ਤਾਂ ਲੈ ਬਣ ਜੂਗਾ, ਕੋਈ ਗੱਲ ਨਹੀਂ, ਤੈਨੂੰ ਲੱਗਦਾ ਬਣ ਜੂਗਾ। ਜੇ ਗੱਲ ਤੋਂ ਰਹੇ ਆ ਕੋਈ ਵਿਚੋਲਾ ਪਾਵੇਂਗਾ ਵਿੱਚ ਫੇਰੇ ਬਣੂਗਾ ਤਾਂ। ਉਹ ਐਵੇਂ ਨਹੀਂ ਗੱਲ ਹੁੰਦੀ। ਹੋਰ ਕਿਵੇਂ ਹੁੰਦੀ ਆ? ਚੱਲ ਮੈਂ ਦੇਖਦਾ, ਨਾਲੇ ਤੂੰ ਗੱਲ ਅੱਗੇ ਨਾ ਕਰੀ। ਨਾ ਨਾ ਬਾਈ, ਮੈਨੂੰ ਕਿਹੜਾ ਗੱਲ ਕਰ, ਬਾਈ ਬਣ ਕੇ ਅੱਗੇ ਨਾ ਗੱਲ ਕਰਦੀ। ਤੈਨੂੰ ਤਾਂ ਮੈਂ ਗੱਲ ਦੱਸਤੀ ਏ। ਠੀਕ ਆ ਠੀਕ ਆ, ਬੇਫਿਕਰ ਰਹਿ। ਨਾਲੇ ਤੂੰ ਕੰਜਰ ਦੇ ਹੱਥੀ ਬੈਠਾ ਰਹਿਣਾ। ਓਏ ਹੋਰ ਕੀ ਕਰਾਂ ਯਾਰ, ਘਰੇ ਜਾਣਾ ਗਾ, ਫੋਨ ਦੇਖਣ ਲੱਗ ਜਾਣਾ, ਸਾਰੀ ਸਾਕਰ ਦੀ ਪੌਟੀ ਤੰਗ ਕਰੀ ਜਾਂਦੀ ਹੈਗੀ, ਪੂਰੇ ਚੜ ਬਹਿ ਜਾਣਾ ਗਾ, ਤੇਰੇ ਵਰਗਾ ਕੋਈ ਆ ਜਾਣਾ 10 ਮਿੰਟ ਟਾਈਮ ਪਾਸ ਹੋ ਜਾਂਦਾ ਗਾ। ਚੱਲ ਕੋਈ ਗੱਲ ਨੀ, ਮੈਂ ਚੱਲਦਾ ਹੈ, ਅੱਗੇ ਵੀ ਮੈਂ ਚਿੱਠੀਆਂ ਦੇ ਕੇ ਆਉਣੀਆਂ ਨੇ, ਅੱਗੇ ਨਾ ਗੱਲ ਕਰੀ, ਬਸ ਜਿਹੜੀ ਮੈਂ ਤੈਨੂੰ ਕਹਿੰਦੀ। ਬੇਫਿਕਰ ਰਹਿ ਤੂੰ। ਚੱਲ ਚੰਗਾ ਬਾਬਿਆ, ਪੰਜਰ ਲੱਗਦਾ ਤਾਂ ਬਾਬਾ ਜਾ ਕੋਈ ਘਰ ਕੱਢ ਕੇ ਦੱਸ। ਇਹਨਾਂ ਕੇ ਪਿੰਡ ਯਾਰ ਮੈਂ ਸਾਰੀਆਂ ਚਿੱਠੀਆਂ ਵੰਡਤੀਆਂ।
हूं मैं दीपी नूं फोन ना ला ला फिर मैनू कहूगी कि मैनू फोन नहीं लाया। चल मैं फोन ला ही ले। किधर गया नंबर यार? किवें है? मैं तो ठीक हाँ। पता मैं ता ला लिया सीगा फोन। हैलो, पता मैं ता फोन ला लिया सीगा। हैलो, मैं थोड़े पिंड आया सीगा। अच्छा, फिर पहला क्यों नहीं दस्या? वो पहला मां चल की दसना, मां चिट्ठियां चुट्ठियां वंडदा मैं। ले मैनू भी मिल के जाओ। ओ ले यार, मैं हुण मैं कित्थों मिलना जा तैनू? मैनू नहीं पता, जिवें मर्जी आ मिल के जा। चल मैं देखदा यार, घरे तो नहीं कोई है क्या? डैडी नहीं करी। फिर उन्होंने कितने बाहर अंदर तो रहा, मैं आए कि मैं आ जाऊंगा। कोई ना, तू मेरे ऊपर टेंशन क्यों लेना, मैं उन्होंने कितने बाहर भेज देनी है, तू आ जा। हाँ फिर तो गल मन जूगी। कल तक टेंशन फ्री होके आ जा पर। हाँ उन्होंने भेज दे। ठीक है ठीक है। ले भाई मित्रा, चल हूँ चलिए, कितने वही ना टंबे फिर जाना। वो चल कोई गल नहीं, प्यार च रिस्क इन्ना कता हुंदा ही है। हुण आ गई दा आ गया, चल मैं बाद च ही चकूंगा फिर तुम, पहला मैनू जाना। बापू जी। हाँ पुत्र। मैं कहंदी सी कि सब्जी ना खत्म होगी ते मैं बनाउणी सीगी, घरे तो कोई है नहीं, तुसी मंडी च ले आओ। मंडी च क्यों पुत्र, मैं खेतों ले आऊं ना। अच्छा ठीक है, तुसी फिर खेतों ले आओ। हाँ खेतों ले आओ ना। होर दस दे पुत्र, धनिया धुनिया है क्या? ले आयो जी, लेके आना चटनी बना लांगे। ठीक है पुत्र, मैं ले आना, मैं जाना। ठीक है। अज फिर बुला लिया घरे, पता नहीं की पहला काम है इनू, कदे ना कदे तक कटवाऊगी मैनू गल नहीं पता। तेरी उड़ीक कर रही सी मैं, बुलाया कदे पिछे, पहले मैनू आया बस। ओ सांता ले ला, आंदे सारी लड़न बह जा कर। दस्ता दे कदे पिछे बुलाया है? दस दिन या कोई नहीं, राम नाल गल कर दिया, मिल नहीं सकती मैं तेनू? वो मिलता सकती है, रोज रोज इत्थे घरे बुला लानी है। ले हद है, रोज कल बुलानी आ, कल तो तेनू भी सोचना चाहिए भी थोड़ा बहुत टाइम स्पेंड करा। आज आप अंदर बैठ के गल कर। चलो है तो नहीं करे कोई? नहीं उधर दीदी बैठे ने तो उधर जीजू। जानना फिर मैं तो डरावनी है तेनू, मैं तो मजाक कर रही सी। मजाक है कोई? बहुत हल्का जा दिल तेरा, ओ नहीं घबरा जानना। कटवाएंगी तो मेनू गल नहीं पता नहीं। कुछ नहीं हुंदा हैगा, मसा मसा तो नुआना आके कोई गल्ला ही कर लिया कर। आहा बेला मैं गल्ला करन नु आई। चल ठीक है यार, मैं नहीं आज तो बाद बुलाउंदी, तू चल जा। मैं हुण उई रुसी आनी है, तू गल भी होवे कोई। गल की? तू तो मेने गुस्से नाल बह जाना, मैं किन्ने प्यार नाल तेनू बुलाया सी, ना तू मेरे लिए कोई चिट्ठी लिखदा हुण। विशाली नु की कह के आई है? इन्ना की क्या सी बस, की मैं ते जस एक दूजे नु पसंद करते हां। कोई गल दसन वाली है यार? फिर की आ, उन्हें कितने दिन का पता लगना ही सी। पता लगना देगा, आई नहीं करते उन्हें नाले यही जी गल। ओ यार एं तो ओवी सियाणी नाले अपनी तो हैगी आ, हो नाले पहला तेनू पता नहीं की हो गया टी है। चल ठीक है यार, ओ तो चल बस लड़नी हो ना बिना। ओ चल चंगा क्यों आकड़ी जानी है हुण तू,
ਨਾਲੇ ਮੈਨੂੰ ਵਿਸ਼ਾਲੀ ਕਹਿੰਦੀ ਸੀ ਮੇਲੇ ਮੂਲੇ ਤੇ ਆਣ ਨੂੰ ਕਹਿੰਦੀ ਹੋਊਗੀ। ਚੱਲ ਠੀਕ ਆ ਮੈਂ ਚੱਲ ਜੂੰਗੀ। ਮਿੰਟ ਜੀ ਹਾਂ ਕਰਤੀ। ਠੀਕ ਆ ਯਾਰ ਮੈਂ ਤਾਂ ਜਾਂਦੀ ਹੀ ਨਹੀਂ ਕਿਤੇ। ਖੁਸ਼ ਆ ਹੁਣ? ਉਹ ਚੱਲ ਬਾਗ ਜੀ ਮੈਂ ਤੈਨੂੰ ਜਾਣ ਕਣੀ ਤਾਂ ਨਹੀਂ ਰੋਕਦਾ। ਬਾਗ ਜੀ ਨਾਲੇ ਮਾੜਾ ਦੇਖ ਕੇ ਜਾਈ। ਚੰਗਾ। ਹਜੇ ਵੀ ਨਹੀਂ ਟਲਦੀ ਉਹਦੇ ਨਾਲ, ਹਜੇ ਵੀ ਨਹੀਂ ਹਟਦੀ ਗੱਲ ਕਰਨ। ਲੱਗਦਾ ਤਾਂ ਹੱਲ ਪੱਕੇ ਹੀ ਕਰਨਾ ਹੋਊਗਾ, ਐਵੇਂ ਤਾਂ ਨਹੀਂ ਨੋਟਾਂ ਦਾ ਕੰਮ। ਹੁਣ ਤਾਂ ਲੈ ਲੇ ਜਮੀ ਜਾੜ ਕੇ ਰੱਖਤਾ ਕਰ, ਘਰੇ ਵੀ ਬੁਲਾਉਣ ਲੱਗ ਗਿਆ। ਹੁਣ ਵੈਸੇ ਚੱਲ ਜਾ, ਚਿੱਠੀਆਂ ਵੰਡਣੀਆਂ ਹੋਣੀਆਂ। ਮੈਂ ਤਾਂ ਜਾਊਂਗਾ ਹੀ। ਬਹਿ ਜਾ ਭਾਵੇਂ ਥੋੜੀ ਦੇਰ ਹੋਰ, ਮਿਲ ਤਾਂ ਕੀ ਆ। ਮੈਂ ਤਾਂ ਬੈਠ ਜਾਣਾ, ਸੂਬੇਦਾਰ ਸਾਹਿਬ ਨਾ ਆ ਜਾਣ ਕਿਤੇ। ਵਧੀਆ, ਤੇਰੀ ਥੋੜੀ ਜਿਹੀ ਕੁੱਟ ਪੈ ਚੁੱਕੀ। ਤੂੰ ਤਾਂ ਮੈਨੂੰ ਕਟਵਾ ਕੇ ਰਾਜੀ ਆ। ਚੱਲ ਚੰਗਾ, ਮੈਂ ਤਾਂ ਜਾਣਾ। ਚੱਲ ਠੀਕ ਆ, ਧਿਆਨ ਰੱਖ। ਬਾਕੀ ਉਹਦੇ ਨਾਲ ਟਾਈਮ ਨਾਲ ਆ ਜੀ ਉਹਨਾਂ ਲਈ। ਗੱਲ ਸੁਣ ਦੀਪੀ, ਉਹ ਕੀ ਕਰਨ ਆਇਆ ਸੀਗਾ? ਉਹ ਤਾਂ ਚਿੱਠੀ ਦੇਣ ਆਇਆ ਸੀ। ਉਹ ਮੈਨੂੰ ਪਤਾ ਕਿਹੜੀਆਂ ਚਿੱਠੀਆਂ ਦਿੰਦਾ ਫਿਰਦਾ ਉਹ? ਦੇਖੋ ਜੀਜੂ, ਪਲੀਜ਼ ਮੇਰੀ ਜ਼ਿੰਦਗੀ 'ਚ ਨਾ ਤੁਹਾਨੂੰ ਕੋਈ ਹੱਕ ਨਹੀਂ ਬੋਲਣ ਦਾ। ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰੂੰਗੀ। ਐਡੀ ਹੋ ਗਈ ਤੂੰ ਫੈਸਲੇ ਕਰਨ ਵਾਲੀ? ਨਾਲੇ ਮੇਰੀ ਗੱਲ ਸੁਣ ਲੈ ਦੀਪੀ, ਜਿੱਥੇ ਅਸੀਂ ਕਹਿੰਦੇ ਆ ਵਿਆਹ ਕਰਵਾ ਲੈ ਸਿੱਧੀ ਹੋ ਕੇ। ਜੀਜੂ ਕਿਉਂ ਤੁਸੀਂ ਜਿੱਦ ਫੜ ਰੱਖੀ ਹੈ ਕਿ ਜਿੱਥੇ ਤੁਸੀਂ ਚਾਹੁੰਦੇ ਹੋ ਉੱਥੇ ਹੀ ਵਿਆਹ ਕਰਾਵਾਂ? ਮੈਂ ਤਾਂ ਜੱਸੀ ਨੂੰ ਪਿਆਰ ਕਰਦੀ ਆ ਤੇ ਉਦੋਂ ਹੀ ਕਰਦੀ ਰਹੂੰਗੀ। ਉਹ ਤੇਰਾ ਪਿਆਰ ਪੂਰਜਾ ਪੈਰਾਂ 'ਚ ਹੀ ਰੁਲ ਜੂਗਾ, ਮੈਂ ਤੈਨੂੰ ਦੱਸਾਂ ਗੱਲ। ਨਾਲੇ ਬਾਹਲੀ ਸਿਰ ਚੜ੍ਹਨ ਲੱਗ ਗਈ ਤੂੰ। ਉਹ ਨਾ ਇਸ ਕਰਦਾ ਹੋਣ ਵਾਲਾ ਪ੍ਰਾਹੁਣਾ ਹੈ ਜੀਜੂ, ਠੀਕ ਆ? ਮੂੰਹ ਸੰਭਾਲ ਕੇ ਬੋਲ, ਪ੍ਰਾਹੁਣਾ ਹੈ ਉਹ ਇਸ ਘਰ ਦਾ। ਜੇ ਤੁਸੀਂ ਜਿੱਦ ਆਹੀ ਫੜ ਰੱਖਿਆ ਤਾਂ ਮੇਰੀ ਵੀ ਇਹੀ ਜਿੱਦ ਹੈ ਕਿ ਇਸ ਘਰ ਦਾ ਪ੍ਰਾਹੁਣਾ ਤਾਂ ਹੁਣ ਜੱਸਾ ਹੀ ਬਣੂਗਾ। ਤੂੰ ਬਣਾ ਕੇ ਦਿਖਾਈ ਫਿਰ, ਦੇਖ ਲਿਓ ਫਿਰ। ਕੀ ਹੋਇਆ ਦੀਪੀ, ਚੁੱਪ ਚੁੱਪ ਜੀ ਕਦੋਂ ਆ? ਯਾਰ ਮੇਰੀ ਨਾ ਬਹੁਤ ਘਬਰਾਹਟ ਜੀ ਹੋਈ ਜਾਂਦੀ ਹੈ। ਘਬਰਾਹਟ ਹੋ ਰਹੀ ਆ? ਕੀ ਗੱਲ ਹੋ ਗਈ, ਗੱਲ ਤਾਂ ਦੱਸ। ਯਾਰ ਮੇਰੇ ਨਾ ਜੀਜੇ ਨੂੰ ਸਭ ਕੁਛ ਪਤਾ ਲੱਗ ਗਿਆ ਮੇਰੇ ਤੇ ਜੱਸੇ ਬਾਰੇ, ਤੇ ਉਹਨੇ ਸਾਨੂੰ ਅੱਜ ਦੇਖ ਵੀ ਲਿੱਤਾ। ਉਹ ਨਾ ਪਤਾ ਨਹੀਂ ਕਿਉਂ ਧੱਕੇ ਨਾਲ ਮੇਰਾ ਰਿਸ਼ਤਾ ਕਿਤੇ ਹੋਰ ਕਰਾਉਣਾ ਚਾਹੁੰਦਾ। ਪਤਾ ਨਹੀਂ ਕੀ ਪ੍ਰੋਬਲਮ ਆ ਉਹਨੂੰ ਮੇਰੇ ਤੋਂ। ਯਾਰ ਹੈਗੀ ਤਾਂ ਗੱਲ ਟੈਨਸ਼ਨ ਵਾਲੀ ਆ, ਤੂੰ ਐਂ ਕਰ ਇੱਕ ਵਾਰ ਜੱਸੇ ਨਾਲ ਗੱਲ ਕਰਕੇ ਦੇਖ ਲਾ। ਸਹੀ ਕਹਿ ਰਹੀ ਹੈ ਤੂੰ, ਮੈਨੂੰ ਇੱਕ ਵਾਰ ਜੱਸੇ ਨਾਲ ਗੱਲ ਕਰਨੀ ਚਾਹੀਦੀ ਹੈ, ਸ਼ਾਇਦ ਉਹ ਕੋਈ ਹੱਲ ਕੱਢ ਦੇ। ਤੂੰ ਐਂ ਕਰ ਉਹਨੂੰ ਫੋਨ ਕਰੀ। ਹੈਲੋ ਵੀਰੇ, ਕਿੱਥੇ ਆ? ਅੱਛਾ ਮੈਂ ਕਹਿੰਦੀ ਸੀ ਜਿੱਧਰ ਨੂੰ ਮੇਲਾ ਨਹੀਂ ਲੱਗਦਾ ਹੈਗਾ ਅਸੀਂ ਉਸ ਰਸਤੇ 'ਤੇ ਖੜ੍ਹੇ ਹਾਂ, ਅਤੇ ਮਾੜਾ ਜਾਇਓ ਤੁਸੀਂ ਇੱਥੇ। ਹਾਂ ਜਲਦੀ ਆ ਜਾਓ। ਠੀਕ ਹੈ ਵੀਰੇ, ਆ ਰਹੇ ਆ? ਹਾਂ ਵੀਰੇ ਕਹਿੰਦਾ ਮੈਂ ਆਉਣਾ। ਚਲੋ ਆਪਾਂ ਉੱਥੇ ਹੀ ਖੜ੍ਹਦੇ। ਉਹ ਆਉਂਦਾ ਵੀਰਾ। ਕੀ ਗੱਲ ਹੋ ਗਈ? ਜੱਸੇ ਮੇਰੇ ਜੀਜੇ ਨੇ ਨਾ ਅੱਜ ਆਪਾਂ ਨੂੰ ਦੇਖ ਲਿਆ, ਅਤੇ ਹੁਣ ਉਹ ਧੱਕੇ ਤੋਂ ਮੇਰਾ ਰਿਸ਼ਤਾ ਕਿਤੇ ਹੋਰ ਕਰਵਾਉਣਾ ਚਾਹੁੰਦਾ। ਇਹ ਤੂੰ ਕੀ ਕਹਿਣ ਲੱਗ ਰਹੀ ਹੈ? ਉਹਨੂੰ ਕਿਵੇਂ ਪਤਾ ਲੱਗ ਗਿਆ? ਯਾਰ ਜੀਜੇ ਨੇ ਅੱਜ ਆਪਾਂ ਨੂੰ ਦੇਖ ਲਿਆ, ਉਹ ਹੀ ਮੈਨੂੰ ਧਮਕੀਆਂ ਜਿਹਾ ਦੇਈ ਜਾਂਦਾ। ਉਹ ਉਹਨੇ ਕਿਹੜੇ ਵੇਲੇ ਦੇਖ ਲਿਆ? ਜਦੋਂ ਆਪਾਂ ਇਕੱਠੇ ਬੈਠੇ ਗੱਲਾਂ ਕਰੀ ਜਾਂਦੇ ਸੀ। ਯਾਰ ਬੜਾ ਪੰਗਾ ਪਿਆ, ਸੱਚੀ ਟੈਨਸ਼ਨ ਹੋ ਰਹੀ ਹੈ ਹੁਣ ਮੈਂ ਕੀ ਕਰੂੰਗੀ। ਚੱਲ ਕੋਈ ਗੱਲ ਨਹੀਂ, ਹੁਣ ਪਤਾ ਲੱਗ ਗਿਆ ਤਾਂ ਗਿਆ। ਹੁਣ ਤੂੰ ਤੇਲ ਦੇਖ, ਤੇਲ ਲਈ ਧਾਰ ਦੇਖ। ਵੀਰੇ ਦੀਪੀ ਨਾ ਸਹੀ ਕਹਿ ਰਹੀ ਆ, ਉਹ ਕੁਛ ਵੀ ਕਰ ਸਕਦੇ ਨੇ, ਤੂੰ ਥੋੜਾ ਧਿਆਨ ਰੱਖ। ਉਹ ਕੋਈ ਗੱਲ ਨਹੀਂ, ਹੁਣ ਤਾਂ ਜਿਹੜੀ ਗੱਲ ਬਦਲੀ ਸੀ ਵੱਧ ਗਈ। ਨਾਲੇ ਦੀਪੀ ਮੈਂ ਤੈਨੂੰ ਇੱਕ ਗੱਲ ਕਹਿਣਾ, ਹੁਣ ਗੱਲ ਵੱਧ ਤਾਂ ਗਈ, ਜਿਹੜਾ ਵੀ ਫੋਨ ਫਾਨ ਕਰਨਾ ਹੁੰਦਾ ਨਾ ਸ਼ਰੇਆਮ ਕਰਿਆ ਕਰ। ਇਹ ਤੂੰ ਕੀ ਕਹਿ ਰਿਹਾ? ਸਾਰਾ ਕੁਛ ਹੁਣ ਤੂੰ ਮੇਰੇ 'ਤੇ ਛੱਡ ਦੇ, ਠੀਕ ਹੈ? ਜਿਵੇਂ ਮੈਂ ਕਹਿਣਾ ਉਵੇਂ ਕਰ। ਪਰ ਇਹ ਸਹੀ ਤਾਂ ਰਹੂਗਾ ਨਾ? ਸਹੀ ਰਹੂਗਾ। ਚੱਲ ਠੀਕ ਆ, ਮੈਂ ਆਪ ਹੀ ਸਾਂਭ ਲੂੰਗਾ। ਚੱਲ ਅਸੀਂ ਜਾਂਦੇ ਹਾਂ ਵੀਰੇ। ਚੱਲ ਤੁਸੀਂ ਜਾਓ। ਯਾਰ ਮੇਲਾ ਵਗੈਰਾ ਰਹਿਣ ਦੇ,
मैं घरे ही जानी हाँ अच्छा चल ठीक है चल फिर मैं भी उधर दी बात करे चल भाग जा यार बड़ा करे पता लग गया हल की करा चल देख दो वो गल सुनो उस्ताद तू चाहना की है पहली गल तो उस्ताद मैं तेनू जानता नहीं बाकी गल आप फिर करा तू है कौन जिन्हों के घरे तू इश्क लड़ा फिर ना उन्हों का प्रौना है मैं अच्छा तू है उन्हों का प्रौना हाँ दस मैं तेनू एक चीज नबेड़ दिना भी कुड़ी का खेड़ा छड़ दे नहीं तेरा बुरा हाल कर देख मेरी गल सुन ना तो मैं दीपी का खेड़ा अज छड़ा ते ना छड़ा कल नाले असी एक दूजे नू प्यार करते हैं गल सुन उस्ताद मैं तेनू बंदे वाली गल कहन लग रहा बंदा बन जा नहीं मेरे मैनू मनाउणा आउंदा ओ मैं तो बंदा है गया लगता तेनू मनाउणा पऊगा ठीक है ना समझ जा ओ मैं तो समझ गया मैं तो ना दीपी का खेड़ा अज छड़ा ना छड़ा कल तू कर ली जो कर ली करन तो मैं बहुत कुछ कर लूंगा मैं कदा नहीं केड़ी गल तो चुप है जिस दिन करन ते आ गया ना तेरे वर्ग दे टकरे कर दूंगा ओए ओ तां टाइम ही दसूगा भी कौन किहदे टकरे करदा है नाले गल सुन लै सूबेदार दा सुभाअ बहुत भेड़ा है जे इक विच दी गोली कटती ना देख लै फिर तेरे नाल की बनूगा ओ तू कर ली जो करना जदों मैं कहने लग रहा यार तेनू गल पर तू हजे मैनू देखिया नहीं ऐसा तू मैनू अजे मिले तू अगे अगे देखता जाए पर तेरे पड़ता नहीं है सूबेदार का सुभाव चाहे गर्म होवे चाहे ठंडा होवे मैं तो कुछ नहीं लेना ठीक है ना दीपी मेरी है तो मेरी और गल सुन लै उस्ताद हुण तो मैं तेनू प्यार नाल समझा रहा नहीं इस तों बाद तेरे डकरे कर दूँ मैं उहदा टाइम ही दसूगा भी कौन किहदे टक्करे करदा ओ तू टक्कर ली देख लांगे तेरा भी जिगरा नाले गल सुन के जाई हूँ साडू मरन वास्ते तैयार है ओ पहले आपकी सी सीसे साइकिल देख ला जाके साडू फिर कह जी डैडी डैडी बाहर आओ ओ हाँ की हो गया पता वो तो डैडी बहुत कुछ गया अपनी कुड़ी नू पुछो कित्थे प्यार दियां पिंगा पाउंदी फिरदी हैगी की कह रहा तेनू पता तो है गया सुरत हैगी तेनू डैडी उसे नू पुछ लो सुरत तो ओनू नहीं हैगी चल बला दीपी दीपी पुत्ता डैडी जमा कर जाड़ता बापू जी मेरे व्याह भी करना चाहता चंगा मुंडा है तेनू शर्म नहीं आई पर बापू जी एक बार ओनू मिलता लो फिर चाहे थोड़ा जो फैसला होवे कट्टो कट्ट तू शर्म तो कर ला मेरी पग दी तो शर्म कर ला तू तेनू कहंदी नहीं शर्म आदी बापू जी तुसी एक बार ओनू मिल के तो देख लो जे थोनू नहीं चंगा लगे फिर मेनू कह दियो तेनू इन्ना पढ़ाया लिखाया तू आ शाबाशी दिवाउण लग रही देख लो डैडी इन्ने तां मेरी भी बेइज्जती करवाती बापू जी मैं इह जी कोई गल नहीं कीती जिहदे नाल थोनू नीवी पाणी पवे बहुत चंगा मुंडा है तुसी बस एक बार ओनू मिल के देख लो चल जे तू इन्नी कहनी है ना तू बुला ओ मुंडे नू मैं बुला लैनी बापू जी नाले गल सुन मैनू तेरे ते ये आस नहीं थी भी तू एवें खे पावेंगी डैडी जी गल मेरी भी सुन लो कल नू कोई गलबात होंदी है मेरी कोई जिम्मेवारी नहीं फिर चल पुत्त हेलो जस्से तू छेती मेरे घरे आ जा मैनू जरूरी काम आ ये गल तेनू मैं मिलके दसूंगी तू बस मेरे घरे आ जा छेती ठीक आ
गया जस्से तू? मैं तो आ गया, क्यों बुलाया मैंने? यार देख, मेरे डैडी ने चाचा जी ने सब कुछ दसता, तू ही हुण ना उन्होंने तेरे नाल गल करनी है। गल करनी है? संभाल ली सारा कुछ। चल आ जा, तू आवाज मार। बापू जी, जीजा जी। दीपी आवाज मार। बापू जी, जीजा जी। खुश रखूगा चीजा जी? मैं हरेक कह दिया खुश रखूंगा, मेरे लिए कुछ भी कर सकता है। वो तो भाई पहला हुंदा ब्याह तो पहला पहला बाद चो पता लगता जो बंदे तो बरते तो हले की बरतपना देख लेगा। जिससे तू इन्हें दस देना कि तू मेरे कितना प्यार करता। मैं दीपी की दसा इन्हें? मैं कही तो जाना मैं तेन प्यार करता, मैं और कुछ नहीं चाहता जी, बस दीपी मेरे नाल तोड़ दो। देख लो डैडी कि मैं बोलन लग रहा, मारना दा ये साले नु इत्थे। ना ना मुंडिया, ये काम नहीं करना, अपने लोगों को तमाशा नहीं दिखाना। मेरी गल सुन मुंडिया, तू साड़ी कुड़ी लई की कर सकदा? देखो अंकल जी, जे दीपी लई मैनू जान भी देनी पैगी मैं वह भी दे सकदा। सानू जान की लोड़ नहीं हैगी, तू साडे लई एक साल इत्थे सिरी रलना पऊगा, राजेगा? ये किहो जी गल्लां कर रहे हो बापू जी, ये माड़े करन थोड़ी है, नाले इहनू की लोड़ है सिरी रलन दी? क्यों पुत्त, जदों तू इहदे लई सारा कुछ छड्ड सकदी आ, आपदे मां-बाप छड्ड सकदी आ, इह नहीं छड्ड सकदा इहने, मेनू सारिया शर्त मंजूर ने। जिससे तू पागल हो गया? कोई गल नहीं दीपी, तू टेंशन क्यों लेनी है, जे तेरे लिए मेनू जान भी देनी पैगी मैं भी दे सकदा। बापू जी देखो सीरी रलन भी तैयार है, सिर्फ मेरे लिए कौन इना कुछ छड़दा होंदा? कहण दी गल्लां ने, जो रलाया ना फिर पता लगूगा। चलो कोई गल नहीं अंकल जी, तुसीं क्यों गल नूं बधाई जांदे हो, मैं कल तो थोड़े इत्थे काम ते आ जा करूंगा, नाले मैं दीपी वास्ते अपनी नौकरी भी छड्ड सकदा। कोई नौकरी तो छड्डनी पऊगी। चलो ठीक है जी, चल ठीक है दीपी, कल तो काम ते आ जा करी। देख लो डैडी, देखदे आ हुण। इहनू हले पता नहीं हैगा, इह जवानी दे सरूर ते चढ़ी पई आ। कोई गल नहीं डैडी, जदों काम करवाया तो 10 दिन तां बिलकदा फिरूगा। वो तो मेथों भी गलती होगी, जो उदी इहदा फाह पट देना सी ना। डैडी मैं चंगा समझाउंदा सी उदों, तुसी मेरी मन्नी निक भी। वो तो मेथों गलती होगी। कोई नहीं, चल डैडी आपां देखदे आं किन्ने कु काम करदा हो। चल ठीक आ, तू निगाह रखी चंगा इहदे कन। ठीक है डैडी। आगे तेरे ਮਤਲਬ ਕਬ ਨੂੰ ਡਿੱਕ ਜਾਨੀ ਆ ਤੇ ਕੀ ਕਹਿੰਦੇ ਕਿ ਦੀਪ ਦੇ ਘਰ ਦੇ? ਉਹਨਾਂ ਨੇ ਕੀ ਕਹਿਣਾ ਸੀ, ਕਹਿ ਕੇ ਤਾਂ ਉਹਨਾਂ ਨੂੰ ਹੁਣ ਮੈਂ ਆਇਆ। ਹਾਂ ਕਿਹ ਜੀ ਗੱਲ ਕਰੀ ਨਾ, ਮੈਨੂੰ ਤਾਂ ਸਮਝ ਨਹੀਂ ਲੱਗਦੀ, ਸਿੱਧੀ ਸਿੱਧੀ ਗੱਲ ਨਾ ਦੱਸ। ਸਿੱਧੀ ਸਿੱਧੀ ਗੱਲ ਤਾਂ ਹੁਣ ਪੰਜਵੇਂ ਪਾਰਟੀ ਪਤਾ ਲੱਗੂ। ਹਾਂਜੀ ਬਈ, ਕਿਵੇਂ ਲੱਗੀ ਵੀਡੀਓ? ਉਮੀਦ ਕਰਦੇ ਹਾਂ ਵਧੀਆ ਲੱਗੀ ਹੋਊਗੀ। ਅਤੇ ਅੱਜ ਆਪਾਂ ਬੋਲਣ ਲੱਗੇ ਹਾਂ ਪਹਿਲੇ 10 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕਰੇ ਸੀਗੇ। ਅਤੇ ਬਈ ਪਹਿਲਾ ਕਮੈਂਟ ਆਇਆ ਸੀਗਾ ਗੁਰਪ੍ਰੀਤ ਸਿੰਘ ਚਹਿਲ, ਦੂਜਾ ਗੁਰਪ੍ਰੀਤ ਸਿੰਘ, ਤੀਜਾ ਪ੍ਰਗਟ ਸਿੰਘ ਬਰਾੜ, ਚੌਥਾ ਮੋਹਿਤ ਬਾਂਸਲ, ਪੰਜਵਾਂ ਗੁਰਮੀਤ ਔਲਖ, ਛੇਵਾਂ ਦਿਲਪ੍ਰੀਤ, ਸੱਤਵਾਂ ਅਵਤਾਰ ਸਿੰਘ, ਅੱਠਵਾਂ ਲਵੀ ਮਾਨ, ਨੌਵਾਂ ਸਰਬਜੀਤ ਧੀਮਾਨ, ਦਸਵਾਂ ਮਨਪ੍ਰੀਤ ਕੌਰ। ਥੈਂਕ ਯੂ ਬਈ ਪਹਿਲੇ 10 ਕਮੈਂਟ ਕਰਨ ਵਾਲਿਆਂ ਦਾ।
ਤੇ ਬਈ ਉਮੀਦ ਕਰਦਾ ਸਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਤੇ ਬਈ ਐਕਟਿੰਗ ਦੱਸਿਆ ਕਰੋ ਕਿਹਦੀ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਸਾਨੂੰ ਤੇ ਬਈ ਮਿਲਦੇ ਹਾਂ ਜਲਦੀ ਨਵੇਂ ਕਨਸੈਪਟ ਦੇ ਨਾਲ ਉਦੋਂ ਤੱਕ ਤੁਸੀਂ ਇਹ ਪਾਰਟ ਇੰਜੋਏ ਕਰੋ ਤੇ ਬਈ ਦੱਸਿਆ ਕਰੋ ਸਾਨੂੰ ਕਿਹਦੀ ਐਕਟਿੰਗ ਜ਼ਿਆਦਾ ਵਧੀਆ ਲੱਗਦੀ ਹੈ ਅਤੇ ਗਲਤੀਆਂ ਵੀ ਦੱਸਿਆ ਕਰੋ ਬਈ ਕਿੱਥੇ ਕਿੱਥੇ ਮਿਸਟੇਕ ਹੁੰਦੀ ਹੈ ਕਿਉਂਕਿ ਗਲਤੀਆਂ ਕਰਕੇ ਹੀ ਬੰਦਾ ਸਿੱਖਦਾ ਅੱਗੇ ਅਤੇ ਮਿਲਦੇ ਹਾਂ ਅਗਲੇ ਪਾਰਟ ਦੇ ਨਾਲ ਅਤੇ ਇੱਕ ਬਈ ਗੱਲ ਹੋਰ ਕਰਨੀ ਸੀਗੀ ਆਪਣੇ ਭਰਾ ਦੀ ਸ਼ੋਪ ਹੈ ਭਵਾਨੀਗੜ੍ਹ ਦੇ ਵਿੱਚ ਸੋਨੀ ਸੀਟ ਕਵਰਾਂ ਵਾਲਾ ਅਤੇ ਬਈ ਬਹੁਤ ਘੈਂਟ ਕੁਆਲਿਟੀ ਦੇ ਵਿੱਚ ਛਤਰੀਆਂ ਦੇ ਕਵਰ ਮਿਲਦੇ ਨੇ ਉੱਥੇ ਅਤੇ ਆਪਾਂ ਉੱਥੇ ਜਾ ਕੇ ਕਵਰ ਚੜਵਾ ਸਕਦੇ ਹਾਂ ਬਾਈ ਦਾ ਨੰਬਰ ਥੱਲੇ ਦਿੱਤਾ ਹੋਇਆ ਅਤੇ ਬਈ ਕੁਆਲਿਟੀ ਵੀ ਬਹੁਤ ਘੈਂਟ ਹੈ ਅਤੇ ਬਈ ਕੰਮ ਵੀ ਬੰਦਾ ਬਹੁਤ ਘੈਂਟ ਕਰਦਾ ਇੱਕ ਵਾਰ ਬਾਈ ਦੀ ਦੁਕਾਨ 'ਤੇ ਵਿਜਿਟ ਕਰੋ ਅਤੇ ਬਈ ਕੋਈ ਵੀ ਤਰ੍ਹਾਂ ਦਾ ਕੰਮ ਹੋਵੇ ਛਤਰੀਆਂ ਦਾ ਅਤੇ ਜਿਹੜਾ ਵੀ ਹੁੰਦਾ ਆਪਣੇ ਮੋਟਰਸਾਈਕਲਾਂ ਦੀਆਂ ਕਵਰ ਮੋਟਰਸਾਈਕਲ ਦੇ ਕਵਰ ਹੁੰਦੇ ਨੇ ਸਾਰਾ ਅਵੇਲੇਬਲ ਹੈਗਾ ਬਾਈ ਲਵੇ ਅਤੇ ਇੱਕ ਵਾਰ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਥੱਲੇ ਦਿੱਤਾ ਹੋਇਆ ਅਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਅਤੇ ਬਾਈ ਸਪੋਰਟ ਕਰਦੇ ਰਹੋ।